हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਡੀਆਰਐਮਈ ਪੰਜਾਬ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਬਾਜੀ ਜਿਹਦੇ ਵਿੱਚ ਸਟਾਫ ਨਰਸ ਪੈਰਾਮੈਡੀਕਲ ਸਟਾਫ ਲੈਬ ਟੈਕਨੀਸ਼ੀਅਨਸ ਆਪਰੇਸ਼ਨ تھیਟਰ ਅਸਿਸਟੈਂਟ ਫੋਰ ਬਹੁਤ ਸਾਰੀਆਂ ਪੋਸਟਾਂ ਨੇ ਜਿਹੜਾ ਉਹ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਂਗੇ ਸੋ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਨੂੰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਵੋ ਤਾਂ ਕਿ ਹਰ ਇੱਕ ਇੰਪੋਰਟੈਂਟ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤੇ ਤੁਸੀਂ ਸਮਾਂ ਸਿਰ ਸਮੇਂ ਸਿਰ ਅਪਲਾਈ ਕਰ ਸਕੋ ਸੋ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਲੈ ਕੇ ਚੱਲਦੇ ਆਂ ਸਿੱਧਾ ਤੁਹਾਨੂੰ ਅੱਜ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ ਨਾਲ ਦੇ ਨਾਲ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਿਆ ਕਰੋ ਤਾਂ ਕਿ ਤੁਸੀਂ ਪੀਡੀਐਫਸ ਪ੍ਰਾਪਤ ਕਰ ਸਕੋ ਤੇ ਮੈਸੇਜਸ ਦੇ ਰਿਪਲਾਈ ਪ੍ਰਾਪਤ ਕਰ ਸਕੋ ਸੋ ਚਲਦੇ ਹਾਂ ਜੀ ਅੱਜ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ ਹਾਂਜੀ DRME ਪੰਜਾਬ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਜਿਹੜੀਆਂ ਲੈਬ ਟੈਕਨੀਸ਼ੀਅਨਸ ਦੀਆਂ ਪੋਸਟਾਂ ਨੇ ਉਹ 40 ਪੋਸਟਾਂ ਨੇ ਜਿਹੜੀ ਸੈਲਰੀ ਐਸ ਪਰ ਪੰਜਾਬ ਗਵਰਨਮੈਂਟ ਰੇਟਸ ਫਿਕਸਡ ਬਾਏ ਦਾ ਲੇਬਰ ਕਮਿਸ਼ਨ ਅਦਰ ਪੰਜਾਬ ਠੀਕ ਹੈ ਜੀ ਜਿਹੜੀ ਕੁਆਲਿਫਿਕੇਸ਼ਨ ਆ ਸ਼ੁੱਡ ਹੈ ਪਾਸ ਦਾ ਸੀਨੀਅਰ ਸਕੈਂਡਰੀ ਐਂਡ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ অর ਇਕੁਇਲੈਂਟ ਰਿਕੋਗਨਾਈਜ਼ ਯੂਨੀਵਰਸਿਟੀ অর ਇੰਸਟੀਟਿਊਸ਼ਨ ਸ਼ੁੱਡ passes a medical laboratory technicians of 2 year duration from recognized university theek hai ji bsmlt wale bacche apply kar sakde hai lab technician de 40 post ne baki category anusar agge ditta hoya hai ਨੰਬਰ 2 ਤੇ ਜਿਹੜੀਆਂ ਪੋਸਟਾਂ ਨੇ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ 12 ਪੋਸਟਾਂ ਨੇ ਠੀਕ ਹੈ ਜੀ ਸੈਲਰੀ ਐਸ ਪਰ ਗਵਰਨਮੈਂਟ ਰੇਟਸ ਫਿਕਸਡ 바이 ਦਾ ਲੇਬਰ ਕਮਿਸ਼ਨ ਅਦਰ ਪੰਜਾਬ ਠੀਕ ਹੈ ਸ਼ੁੱਡ ਹੈ ਪਾਸ ਦਾ ਸੀਨੀਅਰ ਸਕੈਂਡਰੀ ਪਾਰਟ 2 ਐਗਜ਼ਾਮੀਨੇਸ਼ਨ ਵਿਦ ਸਾਇੰਸ অর ਇਸ ਇਕੁਇਵਲੈਂਟ ਫਰਮ ਰੈਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਡਿਪਲੋਮਾ ਇਨ ਆਪਰੇਸ਼ਨ ਥੀਏਟਰ ਟੈਕਨਿਕ ਫਰਮ ਅ ਰੈਕੋਗਨਾਈਜ਼ ਯੂਨੀਵਰਸਿਟੀ এজ ਲਿਮਿਟ ਹੈ ਜਿਹੜੀ 37 ਰੱਖੀ ਗਈ ਹੈ ਇਹਨਾਂ ਸਾਰੀਆਂ ਪੋਸਟਾਂ ਲਈ ਠੀਕ ਹੈ ਜੀ ਨੈਕਸਟ 3 ਨੰਬਰ ਤੇ ਦੇਖਦੇ ਆ ਆਪਾਂ ਜਿਹੜੀ ਪੋਸਟਾਂ ਹੋ ਹੈਗੀਆਂ ਰੇਡੀਓਗ੍ਰਾਫਰ ਦੀ 10 ਪੋਸਟਾਂ ਨੇ ਇਹ ਠੀਕ ਹੈ ਜੀ ਇਹਦੇ ਲਈ ਜਿਹੜੀ ਕੁਆਲਿਫੀਕੇਸ਼ਨ ਹੈ ਸ਼ੁੱਡ ਪੋਸੇਸ ਦ 2 ਇਅਰਸ ਡਿਪਲੋਮਾ ਇਨ ਰੇਡੀਓਗ੍ਰਾਫਰ ਫਰੋਮ ਅ ਰਿਕੋਗਨਾਈਜ਼ ਯੂਨੀਵਰਸਿਟੀ অর ਇੰਸਟੀਟਿਊਸ਼ਨ ਏਜ ਲਿਮਟ ਹੈ ਜਿਹੜੀ 37 ਸਾਲ ਹੈ ਠੀਕ ਹੈ ਸੋ 4 ਨੰਬਰ ਤੇ ਜਿਹੜੀਆਂ ਪੋਸਟਾਂ ਨੇ ਉਹ ਹੈਗੀਆਂ ਐਨਐਸਟੀਆ ਟੈਕਨੀਸ਼ੀਅਨਸ ਦੀਆਂ 4 ਪੋਸਟਾਂ ਨੇ ਤੇ ਇਹਦੇ ਲਈ ਸਰਟੀਫਿਕੇਟ ਆਫ ਐਨੈਸਥੀਥੀਆ ਟ੍ਰੇਨਿੰਗ ਐਂਡ 1 ਇਅਰ ਐਕਸਪੀਰੀਅੰਸ ਫਰਮ ਅ ਰਿਕਗਨਾਈਜ਼ਡ ਯੂਨੀਵਰਸਿਟੀ ਤੇ ਏਜ ਲਿਮਿਟ 37 ਸਾਲ ਰੱਖੀ ਗਈ ਆ ਸਭ ਤੋਂ ਇੰਪੋਰਟੈਂਟ 5 ਨੰਬਰ ਤੇ ਜਿਹੜੀਆਂ ਪੋਸਟਾਂ ਨੇ ਸਟਾਫ ਨਰਸ ਦੀਆਂ 86 ਯਾਨੀ ਕਿ 86 ਪੋਸਟਾਂ ਆਊਟ ਹੋਈਆਂ ਨੇ ਠੀਕ ਹੈ ਜੀ ਗਵਰਨਮੈਂਟ ਜਿਹੜੇ ਰੂਲ ਆ ਉਹਨਾਂ ਦੇ ਮੁਤਾਬਕ ਪਹਿਲਾਂ ਸੈਲਰੀ ਦਿੱਤੀ ਜਾਊਗੀ ਕੁਆਲਿਫੀਕੇਸ਼ਨ ਮੰਗੀ ਹੈ ਸ਼ੁੱਡ ਹੈ ਪਾਸ ਦਾ ਸੀਨੀਅਰ ਸਕੈਂਡਰੀ ਪਾਰਟ 2 ਐਗਜ਼ਾਮੀਨੇਸ਼ਨ ਔਰ ਇਸ ਇਕੁਇਲੈਂਟ ਫਰਮਰ ਕਾਗਨਜ ਯੂਨੀਵਰਸਿਟੀ ਸ਼ੁੱਡ ਪੋਸੈਸ ਆ ਡਿਪਲੋਮਾ ਇਨ ਜਨਰਲ ਨਰਸਿੰਗ ਐਂਡ ਮੈਡਵਾਈਫਰੀ ਫਰਮਰ ਕਾਗਨਜ ਯੂਨੀਵਰਸਿਟੀ ਆ ਇੰਸਟੀਟਿਊਸ਼ਨ ਸ਼ੁੱਡ ਬੀ ਰਜਿਸਟਰਡ ਵਿਦ ਦਾ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਉਂਸਲ ਠੀਕ ਹੈ ਜੀ ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕਾਉਂਸਲ ਹੋਣਾ ਚਾਹੀਦਾ ਬੱਚਾ ਜੀ ਐਨ ਐਮ ਤੁਸੀਂ ਕੀਤੀ ਹੋਣੀ ਚਾਹੀਦੀ ਆ ਸਟਾਫ ਨਰਸ ਦੀਆਂ 86 ਪੋਸਟ ਆਊਟ ਹੋਈਆਂ ਨੇ ਸੋ ਵੱਡੀ ਅਪਡੇਟ ਹੈ ਸਾਰੇ ਹੀ ਸਟਾਫ ਨਰਸ ਵਾਲੇ ਬੱਚਿਆਂ ਲਈ ਠੀਕ ਹੈ ਜੀ ਤੇ ਪੈਰਾਮੈਡੀਕਲ ਸਟਾਫ ਵਾਲੇ ਬੱਚਿਆਂ ਲਈ ਨੈਕਸਟ ਹੈਗੀ ਹੈ ਡਿਪਟੀ ਮੈਨੇਜਰ ਮੈਡੀਕਲ ਆਪਰੇਸ਼ਨਸ ਇੱਕ ਪੋਸਟ ਹੈ ਜੀ ਸੈਲਰੀ 50000 ਆ ਠੀਕ ਹੈ ਜੀ ਸੋ ਬਾਕੀ ਇਹ ਪੀਡੀਐਫ ਆ ਜਿਹੜੀ ਲੰਬੀ ਹੈ ਪੀਡੀਐਫ ਤੇ ਕੁਆਲਿਫਿਕੇਸ਼ਨ ਡਿਟੇਲ ਦੇ ਵਿੱਚ ਤੁਸੀਂ ਰੀਡ ਕਰ ਸਕਦੇ ਹੋ ਇਹ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੰਨਾ ਹਾਂ ਅੱਜ ਹੀ ਠੀਕ ਹੈ ਬਾਕੀ ਆਪਾਂ ਦੇਖ ਲੈਨੇ ਆ ਪੋਸਟ ਡਿਪਟੀ ਮੈਨੇਜਰ ਹਿਊਮਨ ਰਿਸੋਰਸ ਇੱਕ ਪੋਸਟ ਆ 50000 ਸੈਲਰੀ ਡਿਪਟੀ ਮੈਨੇਜਰ ਫਾਈਨੈਂਸ ਐਂਡ ਅਕਾਊਂਟੈਂਟ 50000 ਸੈਲਰੀ ਠੀਕ ਹੈ ਜੀ ਸੋ ਡਿਟੇਲ ਬਾਕੀ ਜਿਹੜੀ ਉਹ ਤੁਸੀਂ ਉਦੋਂ ਤੇ ਦੇਖ ਲਓ ਮੈਂ ਇੰਪੋਰਟੈਂਟ ਮੌਡਲ ਜਿਹੜੀਆਂ ਪੋਸਟਾਂ ਸੀਗੀਆਂ ਬੱਚਿਆਂ ਲਈ ਉਹ ਮੈਂ ਸ਼ੇਅਰ ਕਰ ਦਿੱਤੀਆਂ ਸੋ ਡਿਪਟੀ ਮੈਨੇਜਰ ਪਰਚੇਜ ਐਂਡ ਸਟੋਰ ਡਿਪਟੀ ਮੈਨੇਜਰ ਇਨਫੋਰਮੇਸ਼ਨ ਟੈਕਨੋਲੋਜੀ ਇਦਾਂ ਹੋਰ ਵੀ ਕਾਫੀ ਸਾਰੀਆਂ ਡਿਪਟੀ ਰਜਿਸਟਰ ਰਜਿਸਟਰਾਰ ਅਕੈਡਮਿਕਸ ਠੀਕ ਹੈ ਜੀ ਕਾਫੀਆਂ ਸਾਰੀਆਂ ਪੋਸਟਾਂ ਨੇ ਸੀਨੀਅਰ ਮੈਨੇਜਰ ਅਸਿਸਟੈਂਟ ਮੈਨੇਜਰ ਨਰਸ ਠੀਕ ਹੈ ਪੰਜ ਪੋਸਟਾਂ ਇਹਦੀਆਂ 50000 ਸੈਲਰੀ ਆ ਬੀਐਸਸੀ ਨਰਸਿੰਗ ਵਿਦ ਅ ਮਿਨੀਮਮ 12 ਇਅਰ ਆਫ ਐਕਸਪੀਰੀਐਂਸ ਆਊਟ ਆਫ 5 ਇਅਰ ਐਕਸਪੀਰੀਐਂਸ ਮਸਟ ਬੀ 12 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ 5 ਸਾਲ ਦਾ ਸੀਨੀਅਰ ਨਰਸ ਦਾ ਹੋਣਾ ਚਾਹੀਦਾ ਬੀਐਸਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਆ 50000 ਸੈਲਰੀ ਆ ਅਸਿਸਟੈਂਟ ਮੈਨੇਜਰ ਨਰਸ ਠੀਕ ਹੈ ਜੀ ਸੋ ਅੱਗੇ ਆਪਾਂ ਚੱਲਦੇ ਆ ਅੱਗੇ ਹੈਗਾ ਵਾ ਨਿਊਟ੍ਰੀਨਿਸ਼ਟ ਇੱਕ ਪੋਸਟ ਆ ਠੀਕ ਹੈ ਜੀ ਤੇ ਨੈਕਸਟ ਦੇਖ ਲੈਂਦੇ ਆ ਚੀਫ ਫਾਰਮਾਸਿਸਟ ਸੀਨੀਅਰ ਫਾਰਮਾਸਿਸਟ ਠੀਕ ਹੈ ਇੱਕ ਇੱਕ ਪੋਸਟ ਆ ਇਹਨਾਂ ਦੋਹਾਂ ਦੀ ਤੇ 50000 ਸੈਲਰੀ ਆ ਫਾਰਮਾਸਿਸਟ ਦੀ ਠੀਕ ਹੈ ਤੇ ਸ਼ੁੱਡ ਹੈ ਪਾਸ ਸੀਨੀਅਰ ਸਕੈਂਡਰੀ ਕੋ ਡਿਪੋਸਿਬਲ ਬੈਚਲਰ ਆਫ ਫਾਰਮੇਸੀ ਠੀਕ ਹੈ ਜੀ ਕਰੀ ਹੋਣੀ ਚਾਹੀਦੀ ਹੈ ਏਜ ਲਿਮਿਟ 37 ਸਾਲ ਆ ਠੀਕ ਹੈ ਇਸ ਤੋਂ ਬਾਅਦ ਲਾਇਬ੍ਰੇਰੀਅਨ ਦੀ ਅਸਿਸਟੈਂਟ ਮੈਨੇਜਰ ਹੌਸਪਿਟੈਲਿਟੀ ਐਂਡ ਆਪਰੇਸ਼ਨਸ ਠੀਕ ਹੈ ਜੀ ਕਲੀਨिकल ਟਰਾਇਲ ਕੋਆਰਡੀਨੇਟਸ ਇੰਸਟੀਚਿਊਟ ਪਰਸਨਲ ਸੈਕਟਰੀ ਟੂ ਡਰਾਈਵਰ ਠੀਕ ਹੈ ਜੀ ਟਰਾਂਸਪਲੈਂਟ ਕੋਆਰਡੀਨੇਟਰ ਸੋ ਬਹੁਤ ਸਾਰੀਆਂ ਜਿਹੜੀਆਂ ਇਹ ਪੋਸਟਾਂ ਨੇਗੀਆਂ ਡਿਟੇਲ ਅੱਗੇ ਦਿੱਤੀ ਹੋਈ ਆ ਸੋ ਬਹੁਤ ਸਾਰੀਆਂ ਪੋਸਟਾਂ ਆਊਟ ਹੋਈਆਂ ਨੇ ਡੀਆਰਐਮ ਪੰਜਾਬ ਦੀ ਵੈਬਸਾਈਟ ਦੇ ਉੱਤੇ ਨੋਟੀਫਿਕੇਸ਼ਨ ਪਿਆ ਬਾਕੀ ਆਪਣੇ ਟੈਲੀਗ੍ਰam ਚੈਨਲ ਤੋਂ ਵੀ ਤੁਸੀਂ ਜਿਹੜਾ ਇਹ ਨੋਟੀਫਿਕੇਸ਼ਨ ਆ ਉਹ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਆਪਾਂ ਹੁਣ ਗੱਲ ਕਰ ਲੈਨੇ ਆ ਐਪਲੀਕੇਸ਼ਨ ਫੀਸ ਆ ਜਿਹੜੀ ਜਨਰਲ ਲਈ 100 ਆ ਅਤੇ ਬਾਕੀਆਂ ਲਈ 500 ਤੇ ਅਦਰਜ਼ ਐਸਸੀ ਐਰਸੀ ਐਕਸੈਸ ਵਿੱਚ 300 ਤੇ 500 ਰੱਖੀ ਗਈ ਆ ਠੀਕ ਹੈ ਜੀ ਤੇ ਇਹਦੇ ਲਈ ਤੁਹਾਨੂੰ ਡਿਮਾਂਡ ਡਰਾਫਟ ਬਣਾਉਣਾ ਪਊਗਾ ਇਹ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਫੀ ਟੂ ਵੀ ਪੇਡ ਬਾਈ ਦਾ ਆਰਟੀਜੀਐਸ ਐਨ eft in favor of director principal state bank of india saving account ifsc code da uh, d b r -A, a a s i m s mohali phase 6 theek hai ji te apply di jehdi last date aa the candidate should be the application upload on the given link link ditta gaya please bring print out fill the signed application form fill all supporting self attested document ਐਟ ਦਾ ਟਾਈਮ ਆਫ ਇੰਟਰਵਿਊ ਲਾਸਟ ਡੇਟ ਆਫ ਸੀਫ ਆਫ ਐਪਲੀਕੇਸ਼ਨਸ 22 ਮਈ 2023 ਠੀਕ ਹੈ ਜੀ 22 ਮਈ 2023 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਆ ਤੇ ਜਿਹੜਾ ਲਿੰਕ ਆ ਉਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਹੈਗਾ ਵਾ ਉੱਥੇ ਜਾ ਕੇ ਤੁਸੀਂ ਇਹ ਇਹਨਾਂ ਪੋਸਟਾਂ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਕਿਉਂਕਿ ਇਹਨਾਂ ਨੇ ਲਿਖਿਆ ਹੋਇਆ ਵਾ ਕਿ ਐਪਲੀਕੇਸ਼ਨ ਫੀਸ ਵਾਂਸ ਡਿਪੋਜ਼ਿਟ ਸਬਮਿਟ ਕੈਨ ਨਾਟ ਬੀ ਰਿਫੰਡ ਦਾ ਕੈਂਡੀਡੇਟ ਸ਼ੁੱਡ ਵਨ ਲੋਡਡ ਦਾ ਐਪਲੀਕੇਸ਼ਨ ਫਾਰਮ ਐਂਡ ਅਪਲੋਡ ਔਨ ਦਾ ਗਿਵਨ ਲਿੰਕ ਪਲੀਜ਼ ਬ੍ਰਿੰਗ ਪ੍ਰਿੰਟ ਆਊਟ ਠੀਕ ਹੈ ਜੀ ਜਿਹੜਾ ਲਿੰਕ ਆ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਿਹੜਾ ਇਹ ਅਪਲਾਈ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਨੋਟੀਫਿਕੇਸ਼ਨ ਦੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਆਫਿਸ ਆਫ ਦਾ ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਾਇਓਲੋਜੀ ਸਾਇੰਸ ਪੀ ਆਈ ਐਲ ਬੀ ਐਸ ਐਨ ਅਥਾਰਟੀ ਬੋਡੀ ਗਵਰਨਮੈਂਟ ਆਫ ਪੰਜਾਬ ਸੈਕਟਰ 7 ਠੀਕ ਹੈ ਜੀ ਐਸ ਐਸ ਨਗਰ ਮਹਾਲੀ ਐਪਲੀਕੇਸ਼ਨ ਸਰ ਪ੍ਰਿਸਕ੍ਰਾਈਬਡ ਫਰਮਾ ਇਨਵਾਈਟਡ ਵੇਰੀਅਸ ਪੋਸਟਸ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਅਸਿਸਟੈਂਟ ਸੀਨੀਅਰ ਰੈਜ਼ੀਡੈਂਟਸ ਪੈਰਾ ਮੈਡੀਕਲ ਸਟਾਫ ਇਨ ਮਲਟੀਪਲ ਸਪੈਸ਼ਲਿਸਟੀਜ਼ ਆ ਡਿਟੇਲਸ ਆਫ ਪੋਰਟਸ ਐਪਲੀਕੇਸ਼ਨ relevant criteria last date ਜਿਹੜੀ ਉਹ 22/5/2023 ਆ ਠੀਕ ਹੈ ਜੀ ਬਾਕੀ ਡਆਰਐਮ ਪੰਜਾਬ ਦੀ ਅਫੀਸ਼ੀਅਲ ਵੈਬਸਾਈਟ ਤੇ ਇਹ ਨੋਟੀਫਿਕੇਸ਼ਨ ਪਿਆ ਤੇ ਆਪਣੇ ਟੈਲੀਗ੍ਰam ਚੈਨਲ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਹੋਰ ਵੀ ਕਾਫੀ ਸਾਰੀਆਂ ਪੋਸਟਾਂ ਨੇ ਇਹਨਾਂ ਦੇ ਵਿੱਚ ਆਪਾਂ ਨੈਕਸਟ ਵੀਡੀਓ ਦੇ ਵਿੱਚ ਆ ਡਿਸਕਸ ਕਰਦੇ ਆ ਜਿਹੜੀਆਂ ਇੰਪੋਰਟੈਂਟ ਸੀਗੀਆਂ ਉਹ ਮੈਂ ਡਿਸਕਸ ਕਰ ਦਿੱਤੀਆਂ ਨੇ ਠੀਕ ਹੈ ਜੀ ਸਟਾਫਨਸ ਦੀਆਂ ਲੈਬ ਟੈਕਨੀਸ਼ੀਅਨਸ ਦੀਆਂ ਆਪਰੇਸ਼ਨ تھیਟਰ ਅਸਿਸਟੈਂਟ ਦੀਆਂ ਸੋ ਉਮੀਦ ਆ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ ਬਾਕੀ ਜੇ ਕੋਈ ਗੱਲ ਨਹੀਂ ਪਤਾ ਲੱਗਦੀ ਹੁੰਦੀ ਤਾਂ ਤੁਸੀਂ ਮੈਨੂੰ ਇੰਸਟਾ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਮੈਂ ਕੋਸ਼ਿਸ਼ ਕਰਦਾ ਹਾਂ ਨਾ ਤੁਹਾਡੇ ਰਿਪਲਾਈ ਕਰਨ ਦੀ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਠੀਕ ਹੈ ਜੀ ਸੋ ਧੰਨਵਾਦ ਜੀ